ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਵਾਰ ਸੰਗਤਾਂ ਦੇ ਵਿੱਚ ਉੱਭਰਦਾ ਰਹਿੰਦਾ ਹੈ। ਬਹੁਤ ਸਾਰੇ ਸਿੰਘ ਐਸੇ ਵੀ ਨੇ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ, ਉਸ ਦੇ ਬਾਵਜੂਦ ਵੀ ਉਹ ਅੱਜ ਵੀ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ। ਇਹਨਾਂ ਦੇ ਵਿੱਚੋਂ ਹੀ ਇੱਕ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਨੂੰ ਹਰ ਇੱਕ ਕੇਸ ਦੇ ਵਿੱਚੋਂ ਜਿਹੜਾ ਆ ਉਹ ਬਰੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ NOC ਜਿਹੜੀ ਆ ਉਹ ਦਿੱਲੀ ਸਰਕਾਰ ਨੂੰ ਭੇਜ ਦਿੱਤੀ ਆ। ਹੁਣ ਜਿਹੜਾ ਉਹਨਾਂ ਦਾ ਕੇਸ ਆ ਉਹ ਇਸ ਵਕਤ ਦਿੱਲੀ ਦੇ ਜਿਹੜੀ ਸਰਕਾਰ ਆ, ਕੇਜਰੀਵਾਲ ਦੀ ਸਰਕਾਰ ਆ, ਉਸ ਦੇ ਕੋਲ ਪੈਂਡਿੰਗ ਪਿਆ ਹੈ। ਉਹਨਾਂ ਦੀ ਰਿਹਾਈ ਦੇ ਵਿੱਚ ਇਸ ਟਾਈਮ ਸਿਰਫ ਇੱਕ ਹੀ ਅੜਿੱਕਾ ਆ ਕਿ ਉਹ ਕੇਜਰੀਵਾਲ ਦੀ ਸਰਕਾਰ ਉਹਨਾਂ ਦੀ ਰਿਹਾਈ ਦੇ ਉੱਤੇ ਸਾਈਨ ਕਰੇ, ਔਰ ਉਸ ਤੋਂ ਬਾਅਦ ਉਹ ਹੋਮ ਮਿਨਿਸਟਰੀ ਜਾਵੇ ਔਰ ਉਹ ਸਾਈਨ ਕਰਨ ਅਤੇ ਉਹਨਾਂ ਦੀ ਪੱਕੀ ਰਿਹਾਈ ਜਿਹੜੀ ਆ ਉਹ ਮਨਜ਼ੂਰ ਹੋ ਜਾਂਦੀ। ਪਰ ਕਿਸੇ ਨਾ ਕਿਸੇ ਰਾਜਨੀਤਿਕ ਕਾਰਨ ਉਹਨਾਂ 'ਤੇ ਜਿਹੜੀ ਉਸ ਫਾਈਲ ਦੇ ਉੱਤੇ ਸਾਈਨ ਨਹੀਂ ਕੀਤੇ ਜਾ ਰਹੇ। ਸੋ ਅਸੀਂ ਸਿੱਖ ਸੰਗਤਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਆਪੋ ਆਪਣੇ ਏਰੀਏ ਦੇ ਵਿੱਚ ਅਲੱਗ ਅਲੱਗ ਥਾਵਾਂ ਦੇ ਉੱਤੇ ਜਿਹੜੇ ਵੀ ਆਪ ਦੇ ਨੁਮਾਇੰਦੇ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਣ, ਤਾਂ ਕਿ ਉਹਨਾਂ ਦਾ ਮੈਸੇਜ ਅੱਗੇ ਕੇਜਰੀਵਾਲ ਸਰਕਾਰ ਤੱਕ ਪਹੁੰਚੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਦੇ ਉੱਤੇ ਸਾਈਨ ਕੀਤੇ ਜਾਣ ਔਰ ਉਹਨਾਂ ਦੀ ਜਿਹੜੀ ਪੱਕੀ ਰਿਹਾਈ ਦੇ ਵਿੱਚ ਜਿਹੜੀ ਇੱਕ ਬੰਦਿਸ਼ ਪਈ ਆ ਉਹਨੂੰ ਤੋੜਿਆ ਜਾਵੇ। ਔਰ ਉਸ ਦੇ ਨਾਲ ਹੀ ਅਸੀਂ ਦੇਸ਼ ਵਿਦੇਸ਼ ਵਿੱਚ ਵੱਸਦੀ ਸੰਗਤ ਨੂੰ, ਪੰਜਾਬ ਦੀ ਸੰਗਤ ਨੂੰ, ਜਿੰਨੇ ਵੀ ਇਨਸਾਫ ਪਸੰਦ ਜਥੇਬੰਦੀਆਂ ਨੇ, ਲੋਕ ਨੇ, ਉਹਨਾਂ ਨੂੰ ਅਪੀਲ ਕਰਦੇ ਹਾਂ ਕਿ 26 ਦਸੰਬਰ ਨੂੰ ਉਹ ਸਾਰੇ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਪੋ ਆਪਣੇ ਘਰਾਂ ਗੁਰੂ ਘਰਾਂ ਦੇ ਵਿੱਚ ਆਪੋ ਆਪਣੇ ਜਗ੍ਹਾ ਦੇ ਉੱਤੇ ਰਹਿੰਦੇ ਹੋਏ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕਰਨ, ਤਾਂ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਉਸ ਅਰਦਾਸ ਨੂੰ ਸੁਣਨ ਔਰ ਇਹ ਸਿੰਘ ਜਿਨ੍ਹਾਂ ਦੀਆਂ ਉਮਰ ਕੈਦਾਂ ਪੂਰੀਆਂ ਹੋ ਚੁੱਕੀਆਂ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਔਰ ਉਹ ਇਸ ਟਾਈਮ ਨਜਾਇਜ਼ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਨੇ, ਉਹ ਰਿਹਾਅ ਹੋ ਸਕਣ। ਸੋ ਅਖੀਰ 'ਤੇ ਅਸੀਂ ਫਿਰ ਇੱਕ ਵਾਰ ਸਾਰੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਉਹ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ, ਕੇਜਰੀਵਾਲ ਸਰਕਾਰ ਹੈ ਜਿਨ੍ਹਾਂ ਦੇ ਕੋਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਪਿਆ ਆ, ਉਹਨਾਂ ਦੇ ਉੱਤੇ ਦਬਾਅ ਬਣਾਉਣ, ਤਾਂ ਕਿ ਉਹ ਉਹਨਾਂ ਦੀ ਫਾਈਲ ਦੇ ਉੱਤੇ ਸਾਈਨ ਕਰੋ, ਉਹਨਾਂ ਦੀ ਪੱਕੀ ਰਿਹਾਈ ਹੋਣ ਔਰ ਉਸ ਦੇ ਨਾਲ ਹੀ ਜਿਹੜੇ ਬਾਕੀ ਦੇ ਬੰਦੀ ਸਿੰਘ ਵੀ ਨੇ ਉਹਨਾਂ ਦੀ ਰਿਹਾਈ ਦੇ ਲਈ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ, ਆਪੋ ਆਪਣੇ ਘਰਾਂ ਦੇ ਵਿੱਚ ਉਹਨਾਂ ਦੀ ਰਿਹਾਈ ਦੇ ਲਈ ਅਰਦਾਸ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।